ਦਾ ਅਭਿਆਸ ਅਗਰ ਖੁੱਲੇ ਵਾਤਾਵਰਣ ਵਿੱਚ ਕੀਤਾ ਜਾਏ ਤਾਂ ਇਸ ਦਾ ਫਾਇਦਾ ਸਾਨੂੰ 4 ਗੁਣਾ ਜ਼ਿਆਦਾ ਹੁੰਦਾ ਹੈ। ਮੈਂ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਦੇ ਸਾਡੇ ਇਸ ਪ੍ਰੋਗਰਾਮ ਸਿਹਤ ਜ਼ਰੂਰੀ ਹੈ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੀ ਟੋਟਲ ਪਾਪੂਲੇਸ਼ਨ ਵਿੱਚੋਂ 30% ਜਨਤਾ ਨੂੰ ਅੱਜ ਫੈਟੀ ਲੀਵਰ ਦੀ ਪ੍ਰੋਬਲਮ ਹੈ। ਬਹੁਤ ਸਾਰੇ ਲੋਕ ਤਾਂ ਫੈਟੀ ਲੀਵਰ ਨੂੰ ਇਗਨੋਰ ਕਰ ਦਿੰਦੇ ਨੇ, ਫਿਰ ਕੀ ਹੋਇਆ ਫੈਟੀ ਲੀਵਰ ਹੈ, ਪਰ ਨਹੀਂ, ਫੈਟੀ ਲੀਵਰ ਦੀ ਅਗਰ ਅਸੀਂ ਸਮੇਂ ਸਿਰ ਸੰਭਾਲ ਨਹੀਂ ਕੀਤੀ ਤਾਂ ਇਹ ਲੀਵਰ ਦੀ ਖਤਰਨਾਕ ਬਿਮਾਰੀਆਂ ਦੇ ਵਿੱਚ ਕਨਵਰਟ ਹੋ ਸਕਦਾ ਹੈ। ਸੋ ਅੱਜ ਅਸੀਂ ਜਾਣਾਂਗੇ ਫੈਟੀ ਲੀਵਰ ਵਿੱਚ ਸਾਨੂੰ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ, ਅਤੇ ਯੋਗ ਦੇ ਬੜੇ ਹੀ ਸੌਖੇ ਆਸਨ ਜਿਹੜੇ ਕਿ ਬੱਚੇ ਬੁੱਢੇ ਸਾਰੇ ਉਮਰ ਦੇ ਲੋਕ ਉਸਨੂੰ ਕਰ ਸਕਦੇ ਨੇ ਅਤੇ ਫੈਟੀ ਲੀਵਰ ਤੋਂ ਨਿਜਾਤ ਪਾ ਸਕਦੇ ਨੇ। ਫੈਟੀ ਲੀਵਰ ਕਿਉਂ ਹੁੰਦਾ ਹੈ? ਅਗਰ ਤੁਹਾਡਾ ਖਾਣ ਪੀਣ ਸਹੀ ਨਹੀਂ ਹੈ, ਯਾਨੀ ਕਿ ਤੁਸੀਂ ਜੰਕ ਫੂਡ ਖਾਣ ਦੇ ਬਹੁਤ ਸ਼ੌਕੀਨ ਹੋ, ਤਾਂ ਤੁਹਾਨੂੰ ਫੈਟੀ ਲੀਵਰ ਹੋਣ ਦੇ ਪੂਰੇ ਪੂਰੇ ਚਾਂਸਿਸ ਹੁੰਦੇ ਹੈ। ਜੰਕ ਫੂਡ ਖਾਓ ਲੇਕਿਨ 10 ਦਿਨ 'ਚ ਸਿਰਫ 1 ਵਾਰ। ਜ਼ਿਆਦਾਤਰ ਸਾਨੂੰ ਹਰੀਆਂ ਸਬਜ਼ੀਆਂ, ਘਰ ਦਾ ਖਾਣਾ, ਸਾਗ, ਪਾਲਕ, ਜਿੰਨੀਆਂ ਸਬਜ਼ੀਆਂ ਸਾਡੇ ਆਉਂਦੀਆਂ ਨੇ, ਜ਼ਿਆਦਾਤਰ ਸਾਡੀ ਡਾਇਟ ਉਹਦੇ ਅਕੋਰਡਿੰਗਲੀ ਹੋਣੀ ਚਾਹੀਦੀ ਹੈ। ਯੋਗ ਰਾਹੀਂ ਅਸੀਂ ਫੈਟੀ ਲੀਵਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ? ਅੱਜ ਮੈਂ ਤੁਹਾਨੂੰ ਬਹੁਤ ਸੌਖੀਆਂ ਐਕਸਰਸਾਈਜ਼ ਦੱਸਾਂਗੀ, 3 ਐਕਸਰਸਾਈਜ਼ ਦੱਸਾਂਗੀ ਜਿਨ੍ਹਾਂ ਨੂੰ ਤੁਸੀਂ 3 ਤੋਂ 4 ਵਾਰ ਅਗਰ ਕਰੋਗੇ ਸਵੇਰੇ ਖਾਲੀ ਪੇਟ, ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਹੋ ਜਦੋਂ ਤੁਹਾਡਾ ਦੁਪਹਿਰ ਦਾ ਖਾਣਾ ਖਾਏ ਨੂੰ 3 ਘੰਟੇ ਹੋ ਜਾਣ। ਸਭ ਤੋਂ ਪਹਿਲਾਂ ਅਸੀਂ ਕਿਸੇ ਵੀ ਖੁੱਲ੍ਹੀ ਹਵਾਦਾਰ ਵਾਤਾਵਰਨ ਵਿੱਚ ਮੈਟ ਵਿਛਾ ਕੇ ਕਮਰ ਨੂੰ ਸਿੱਧੇ ਰੱਖ ਕੇ ਬੈਠਾਂਗੇ, ਆਪਣੀਆਂ ਲੱਤਾਂ ਨੂੰ ਖੋਲ੍ਹਾਂਗੇ, ਆਪਣੇ ਹੱਥ ਗੋਡਿਆਂ ਦੇ ਉੱਤੇ ਰੱਖਦੇ ਹੋਏ ਆਪਣੇ ਸਾਹਾਂ ਦੇ ਉੱਤੇ ਧਿਆਨ ਦੇਵਾਂਗੇ, ਸੁੱਖ ਪ੍ਰਾਣਾਯਾਮ ਕਰਾਂਗੇ। ਸੁੱਖ ਦੇਣ ਵਾਲਾ ਇੱਕ ਪ੍ਰਾਣਾਯਾਮ ਮਨੇ ਸਾਹਾਂ ਦੀ ਐਕਸਰਸਾਈਜ਼ ਕਰਾਂਗੇ। ਲੰਬਾ ਗਹਿਰਾ ਸਾਹ ਲਿਆ ਔਰ ਮੂੰਹ ਰਾਹੀਂ ਛੱਡ ਦਿੱਤਾ। ਇਹ ਇੰਨਾ ਵਧੀਆ ਸਾਹਾਂ ਦੀ ਐਕਸਰਸਾਈਜ਼ ਹੈ, ਤੁਹਾਨੂੰ ਕਦੀ ਗੁੱਸਾ ਆਇਆ ਹੋਵੇ, ਤੁਹਾਡਾ ਮੂਡ ਖਰਾਬ ਹੋਵੇ, ਤੁਹਾਡੇ ਸਰੀਰ ਵਿੱਚ ਕਿਧਰੇ ਵੀ ਦਰਦ ਹੁੰਦੀ ਹੋਵੇ, ਤੁਸੀਂ ਇਸ ਪ੍ਰਾਣਾਯਾਮ ਨੂੰ ਦਿਨ 'ਚ ਕਈ ਵਾਰ 5 ਵਾਰ ਵੀ ਅਗਰ ਕਰਦੇ ਹੋ ਤਾਂ ਤੁਹਾਨੂੰ ਇਸਦਾ ਬਹੁਤ ਫਾਇਦਾ ਹੋ ਸਕਦਾ ਹੈ। ਸੋ 4 ਤੋਂ 5 ਵਾਰ ਸੁੱਖ ਪ੍ਰਾਣਾਯਾਮ ਨੂੰ ਕਰਨ ਤੋਂ ਬਾਅਦ ਅਸੀਂ ਪਹਿਲਾ ਆਸਨ ਕਰਾਂਗੇ ਫੈਟੀ ਲੀਵਰ ਵਾਸਤੇ, ਨੋਕਾ ਆਸਨ। ਨੋਕਾ ਮਤਲਬ ਬੋਟ। ਸੋ ਜਿੱਦਾਂ ਅਸੀਂ ਹੱਥ ਦੇ ਨਾਲ ਚੱਪੂ ਚਲਾਉਂਦੇ ਹਾਂ, ਕਿਸੇ ਵੀ ਬੋਟ ਵਿੱਚ ਤੁਸੀਂ ਜ਼ਰੂਰ ਬੈਠੇ ਹੋਵੋਗੇ, ਬਿਲਕੁਲ ਅਸੀਂ ਉਸੇ ਤਰ੍ਹਾਂ ਕਰਨਾ ਹੈ। ਆਪਣੀ ਮੁੱਠੀਆਂ ਨੂੰ ਮੈਂ ਬੰਦ ਕੀਤਾ ਹੋਇਆ ਹੈ, ਅੰਗੂਠਾ ਅੰਦਰ ਅਤੇ 4 ਉਂਗਲਾਂ ਬੰਦ ਕਰਕੇ ਇੱਕ ਮੁੱਠੀ ਬਣਾਉਣੀ ਹੈ, ਮੂੰਹ ਰਾਹੀਂ ਸਾਹ ਛੱਡਦੇ ਹੋਏ ਅੱਗੇ ਜਾਣਾ ਹੈ, ਨੱਕ ਰਾਹੀਂ ਸਾਹ ਲੈਂਦੇ ਹੋਏ ਬਾਹਾਂ ਨੂੰ ਉੱਪਰ ਕਰਨਾ ਹੈ। ਇਸ ਨੂੰ ਤੁਸੀਂ 10 ਵਾਰ ਜ਼ਰੂਰ ਕਰਨਾ ਹੈ। ਸਪੀਡ ਕਰਨ ਦੀ ਤੁਹਾਡੀ ਆਪਣੀ ਬਾਡੀ ਦੀ ਕਪੈਸਿਟੀ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਜਿਸ ਸਪੀਡ ਨਾਲ ਮੈਂ ਕਰ ਰਹੀ ਹਾਂ ਇਹ ਸਭ ਤੋਂ ਵਧੀਆ ਸਪੀਡ ਹੈ। ਸੋ 10 ਵਾਰ ਤੁਸੀਂ ਇਸ ਨੂੰ ਇਸ ਪਾਸੇ ਕਰਨ ਤੋਂ ਬਾਅਦ ਇਹਨੂੰ ਉਲਟੀ ਡਾਇਰੈਕਸ਼ਨ ਵਿੱਚ ਤੁਸੀਂ ਚੱਪੂ ਚਲਾਉਣਾ ਹੈ। ਇਹ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਫੈਟੀ ਲੀਵਰ ਨੂੰ ਠੀਕ ਕਰਨ ਲਈ। ਐਕਸਰਸਾਈਜ਼ ਖਤਮ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਪਿੱਛੇ ਵੱਲ ਕਰਦੇ ਹੋਏ, ਗਰਦਨ ਨੂੰ ਉੱਪਰ ਕਰਦੇ ਹੋਏ ਸੁੱਖ ਪ੍ਰਾਣਾਯਾਮ ਕਰਨਾ ਹੈ। ਨੱਕ ਰਾਹੀਂ ਸਾਹ ਲੈਣਾ, ਮੂੰਹ ਰਾਹੀਂ ਹੌਲੀ ਹੌਲੀ ਸਾਹ ਛੱਡਣਾ। ਸੋ ਸਾਹਾਂ ਨੂੰ ਪੂਰੀ ਤਰ੍ਹਾਂ ਰਿਲੈਕਸ ਕਰਨ ਤੋਂ ਬਾਅਦ ਅਸੀਂ ਅੱਗੇ ਵਧਾਂਗੇ ਅਗਲੀ ਐਕਸਰਸਾਈਜ਼ ਵੱਲ। ਉਹਦੇ ਵਾਸਤੇ ਤੁਸੀਂ ਆਪਣਾ ਖੱਬਾ ਪੈਰ ਇਸ ਤਰ੍ਹਾਂ ਫੋਲਡ ਕਰਨਾ ਹੈ, ਸੱਜੇ ਪੈਰ ਨੂੰ ਚੁੱਕ ਕੇ ਗੋਡੇ ਦੇ ਇਸ ਪਾਸੇ ਰੱਖਣਾ ਹੈ। ਸੋ ਅਰਧ ਮਤਸੇਂਦਰ ਆਸਨ। ਮੈਂ ਤੁਹਾਨੂੰ ਇਹਦਾ ਸੌਖਾ ਤਰੀਕਾ ਦੱਸਾਂਗੀ। ਕਮਰ ਨੂੰ ਸਿੱਧਾ ਕਰਦੇ ਹੋਏ ਆਪਣੇ ਹੱਥ ਨੂੰ
पैर दे नाल इस तरह पकड़ते हुए दूसरा हाथ तुसी पिछे लेके जाना है ते मूह राही साह छड़दे होए तुसी पिछे देखन दी कोशिश करनी है। और थोड़ी देर इत्थे रहन तो बाद नक राही साह भरदे होए तुसी वापिस आना है। जदों तुसी पिछे वालू मुड़ रहे हो तो पूरा खिचाव तुहानू पेट दे उत्ते महसूस होएगा। इस एक्सरसाइज नाल ना केवल फैटी लीवर ठीक हुंदा है बल्कि शुगर दी बीमारी भी इस दे नाल ठीक हो सकती है। सो इसनू तुसी दूसरे पासे भी कर सकते हो, अपने हाथ नू बदलते हुए दूसरा हाथ पिछे लेके जाना है। और इहदे विच असीं एक गलती करदे हाँ, इस तरह झुक के तुसी पिछे नहीं जाना, अपनी कमर ते गर्दन नू सिद्धे रखते हुए अपनी कपैसिटी दे हिसाब नाल तुसी पिछे नू जाना है, थोड़ा उत्थे रुकना है और नक राही साह लैंदे हुए वापिस आ जाना है। सो इसे तरह इस एक्सरसाइज़ नू असी दूसरे पासे भी करांगे। अपने पैर नू पहले थले रखांगे, दूसरा पैर दूसरे गोडे दे वल, इसनू तुसी इत्थे भी रख सकते हो अगर तुहाडा पैर इत्थे नहीं आ रहा। तुसी इस जगह ते आराम नाल रखदे होए अपना हाथ पैर दे उत्ते, दूसरा हाथ पिछे दी वल लेके जाना है और थोड़ा रुकना है। साह भरते हुए वापिस हथा नू बदलते हुए दूसरे पासे टर्न करना है, थोड़ा रुकना है, साह भरते हुए वापिस। और इस एक्सरसाइज नू भी तुसी 4 to 5 बार जरूर करना है एदा पूरा लाभ लैन वास्ते। और करन तो बाद वापिस निस्बंध भाव आसन दे विच बैठ जाना है और सुख प्राणायाम दा फिर तो अभ्यास करना है। अपने तीसरे अभ्यास वाल असी वधदे हाँ। तीसरी एक्सरसाइज थोड़ी जी औखी है, जिहड़े लोगों दी लत्तां कमज़ोर हुंदियां हन या जिन्हां दे पेट दियां मांसपेशियां थोड़ियां कमज़ोर हुंदियां हन उन्हां तो इहदा पूरा अभ्यास नहीं हो पाउंदा, पर मैं तुहानूं बहुत सौखे तरीके नाल इसदा अभ्यास करना सिखावांगी। सो अपनी लत्तां नूं सिद्धा रखदे होए अपनी लत्त नूं बिल्कुल टाइट रखना है और उसनूं उपर वल नूं चुक के अपने हत्थां नाल उसनूं छूण दी कोशिश करनी है। यह छूया नहीं जा सकता पर असी कोशिश करांगे कि मैं अपने हत्थां नाल पैरां नूं छू सकां। तुसी इस नूं मूँह नाल साह छड़दे होए अगे पिछे फ्रंट बैक ब्रीद आउट अगे ब्रीद इन पिछे। सो 5-10 बार इसनों करन तो बाद इसे तरह दूसरी लत नूं उपर चकना है, लत नूं बिल्कुल सिद्धा और टाइट रखना है और हत्थां नाल पैर नूं छून दी कोशिश अगे और पिछे अपनी अपर बॉडी नूं लैके जाना है। अगर तुहाडे विच किसे नूं इस तरह लत करनी भी औखी लगती है तो तुसी अपने दोनों हत्थां नाल गोडे नूं सपोर्ट देके तुसी इसनूं उपर चुक सकते हो और अगे पिछे हो सकते हो। थोड़े दिनों बाद जदों तुहाडी प्रैक्टिस हो जाएगी तुसी फिर अपने हत्थां नूं भी बाहर निकाल सकते हो। इस तरह दूसरे पासे ओके। लास्ट विच असी कोशिश करांगे अपनियां दोनों लत्तां नूं सपोर्ट नाल इस तरह पकड़ के रखन दी। होली जिया वापिस। इस तो अलावा अगर असी प्राणायाम दी गल करिए ते कपाल भाती करन नाल भी असी फैटी लिवर दूर कर सकते हाँ। एदे विच असी सुरयांग कपाल भाती करांगे, यानी कि सज्जे पासे सिर्फ साह नूं तुसी हौली हौली छड़ना है। सो गर्दन ते कमर नूं सिद्धा रखदे होए पिट सिद्धी करके तुसी बैठना है और आराम दे नाल पहले नक राही खब्बे पास्यों दी साह लेना और खब्बे पास्यों छड़ना।
इसे तरह सज्जे पासे पहले साह लेना और सज्जे पासों छड़ना। जो तुसी साह छड़दे हो तो तुहाडी नाभि दे उत्ते तुहानू एक झटका महसूस हुंदा है जिदे नाल साडे लिवर दे उत्ते इफेक्ट पैंदा है। सज्जे पासे असीं तां कर रहे हाँ, सज्जा पासा साडा सूरे नाड़ी हुंदा है, साडी बॉडी विच जिहड़ा पंज तत्वां विचों जिहड़ा अग्नि तत्व है उहदी थोड़ी जी बढ़ोतरी होएगी जिहदे नाल कोई कोलेस्ट्रोल, फैटी लीवर, शुगर वर्गियां बीमारियां तुहाडियां ठीक हो सकदियां ने। सो मैं अज तुहानू तीन आसन दसे ते सूर्यांग कपालभाति दा तरीका दसिया, तुसी इस नूं रोज़ करो ते फैटी लीवर वर्गी बीमारी तो छुटकारा पाओ। सो आज दे वास्ते इन्ना ही, मैं अगले प्रोग्राम विच फिर हाजिर होवांगी तुहाडे वास्ते होर भी जानकारी लेके।